ਸਾਹਿਬੇ ਕਮਾਲ ਆਖਾਂ ਜਾਂ ਸਰਬੰਸਦਾਨੀ, ਸਾਹਿਬੇ ਕਮਾਲ ਆਖਾਂ ਜਾਂ ਸਰਬੰਸਦਾਨੀ, ਸੰਤ ਸਿਪਾਹੀ ਤੇ ਕ੍ਰਾਂਤੀਕਾਰ ਸਤਿਗੁਰ। ਹੱਥ ਵਿੱਚ ਬਾਜ ਸਜਦਾ, ਕਲਗੀ ਸੀਸ ਸੋਂਦੀ, ਨੀਲੇ ਘੋੜੇ ਦੇ ਸ਼ਾਹ ਅਸਵਾਰ ਸਤਿਗੁਰ, ਨੀਲੇ ਘੋੜੇ ਦੇ ਸ਼ਾਹ ਅਸਵਾਰ ਸਤਿਗੁਰ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠੀ ਹੋਈ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਆਪਣੀ ਰਚਨਾ ਰਾਹੀਂ ਹਾਜ਼ਰੀ ਲਗਾ ਰਹੀ ਹਾਂ। ਅਸੀਸ ਬਖਸ਼ਣਾ ਜੀ। ਜਦ ਜਬਰ ਜ਼ੁਲਮ ਦੀ ਅੱਤ ਹੋਈ, ਜਦ ਜਬਰ ਜ਼ੁਲਮ ਦੀ ਅੱਤ ਹੋਈ, ਮਜ਼ਲੂਮਾਂ ਵਸ ਲਾਚਾਰੀ ਸੀ, ਅਵਤਾਰ ਧਾਰ ਗੁਰੂ ਗੋਬਿੰਦ ਨੇ ਫਿਰ ਤਪਦੀ ਧਰਤੀ ਠਾਰੀ ਸੀ। ਭਗਤੀ ਤੇ ਸ਼ਕਤੀ ਰਲ ਮਿਲ ਕੇ ਸਿੱਖੀ ਦੀ ਨੀਂ ਉਸਾਰੀ ਸੀ, ਜ਼ਾਲਮ ਨੂੰ ਸੰਤ ਸਿਪਾਹੀ ਨੇ ਫਿਰ ਦਿੱਤੀ ਚੋਟ ਕਰਾਰੀ ਸੀ, ਜ਼ਾਲਮ ਨੂੰ ਸੰਤ ਸਿਪਾਹੀ ਨੇ ਫਿਰ ਦਿੱਤੀ ਚੋਟ ਕਰਾਰੀ ਸੀ। ਸਰਵੰਸ ਵਾਰ ਕੇ ਕੌਮ ਦੀ ਤੂੰ, ਸਰਵੰਸ ਵਾਰ ਕੇ ਕੌਮ ਦੀ ਤੂੰ, ਵਿਗੜੀ ਤਕਦੀਰ ਸਵਾਰੀ ਏ, ਕੌਮ ਤੇ ਬਾਜਾਂ ਵਾਲਿਆ ਤੇਰਾ ਕਰਜ਼ ਬੜਾ ਹੀ ਭਾਰੀ ਏ, ਕੌਮ ਤੇ ਬਾਜਾਂ ਵਾਲਿਆ ਤੇਰਾ ਕਰਜ਼ ਬੜਾ ਹੀ ਭਾਰੀ ਏ। ਪੰਡਤ ਕਸ਼ਮੀਰੀ ਪਿਤਾ ਕੋਲੇ ਰੋਂਦੇ ਕੁਰਲਾਉਂਦੇ ਆਏ ਸਨ, ਵਕਤ ਦੇ ਮਾਰੇ ਹੋਇਆ ਨੇ ਫਿਰ ਦੁਖੜੇ ਆਣ ਸੁਣਾਏ ਸਨ। ਹੁਣ ਸਮਾਂ ਏ ਕਿਸੇ ਸ਼ਹਾਦਤ ਦਾ, ਹੁਣ ਸਮਾਂ ਏ ਕਿਸੇ ਸ਼ਹਾਦਤ ਦਾ, ਨੌਵੇਂ ਸਤਿਗੁਰ ਫੁਰਮਾਏ ਸਨ, ਦਿਓ ਸੀਸ ਤੇ ਧਰਮ ਬਚਾਓ ਜੀ, ਫਿਰ ਬੋਲੇ ਗੋਬਿੰਦ ਰਾਏ ਸਨ, ਦਿਓ ਸੀਸ ਤੇ ਧਰਮ ਬਚਾਓ ਜੀ, ਫਿਰ ਬੋਲੇ ਗੋਬਿੰਦ ਰਾਏ ਸਨ। ਕਿੰਜ ਪਿਤਾ ਨੂੰ ਦਿੱਲੀ ਤੋਰ ਦਿੱਤਾ, ਕਿੰਜ ਪਿਤਾ ਨੂੰ ਦਿੱਲੀ ਤੋਰ ਦਿੱਤਾ, ਸੁਣ ਚਲਦੀ ਦਿਲ ਤੇ ਆਰੀ ਏ, ਕੌਮ ਤੇ ਬਾਜਾਂ ਵਾਲਿਆ ਤੇਰਾ ਕਰਜ਼ ਬੜਾ ਹੀ ਭਾਰੀ ਏ, ਕੌਮ ਤੇ ਬਾਜਾਂ ਵਾਲਿਆ ਤੇਰਾ ਕਰਜ਼ ਬੜਾ ਹੀ ਭਾਰੀ ਏ। ਮਿਹਰਬਾਨੀ ਜੀ। ਗੁਰਾਂ ਬਖਸ਼ ਕੇ ਪਾਹੁਲ ਖੰਡੇ ਦੀ ਖਾਲਸਾ ਪੰਥ ਸਜਾਇਆ ਸੀ, ਡੁੱਬਦੀ ਹੋਈ ਕੌਮ ਨੂੰ ਉਹਨਾਂ ਗਿੱਦੜੋਂ ਸ਼ੇਰ ਬਣਾਇਆ ਸੀ। ਆਪੇ ਗੁਰੂ ਤੇ ਆਪੇ ਬਣ ਚੇਲਾ, ਨੀਵਿਆਂ ਤਾਈਂ ਵਡਿਆਇਆ ਸੀ, ਜ਼ਾਲਮ ਦਾ ਤਖਤ ਹਿਲਾ ਦਿੱਤਾ ਐਸਾ ਬਿਗਲ ਬਜਾਇਆ ਸੀ, ਜ਼ਾਲਮ ਦਾ ਤਖਤ ਹਿਲਾ ਦਿੱਤਾ ਐਸਾ ਬਿਗਲ ਬਜਾਇਆ ਸੀ। ਖਾਲਸੇ ਦੀ ਦਾਤਾ, ਤੇਰੇ ਪੰਥ ਖਾਲਸੇ ਦੀ ਦਾਤਾ, ਮਹਿਮਾ ਜਗ ਤੋਂ ਨਿਆਰੀ ਏ, ਕੌਮ ਤੇ ਬਾਜਾਂ ਵਾਲਿਆ ਤੇਰਾ ਕਰਜ਼ ਬੜਾ ਹੀ ਭਾਰੀ ਏ, ਕੌਮ ਤੇ ਬਾਜਾਂ ਵਾਲਿਆ ਤੇਰਾ ਕਰਜ਼ ਬੜਾ ਹੀ ਭਾਰੀ ਏ। ਚਮਕੌਰ ਗੜੀ ਵਿੱਚ ਸਿੰਘਾਂ ਨੇ ਜਦ ਜਾ ਮੋਰਚੇ ਲਾਏ ਸੀ,
ਚਾਲੀਆਂ ਨੇ ਫਿਰ 10 ਲੱਖ ਨੂੰ ਤਾਰੇ ਦਿਨੇ ਦਿਖਾਏ ਸੀ। ਉੱਥੇ ਹੀ ਅਜੀਤ ਜੁਝਾਰ ਦੋਵੇਂ ਮੌਤ ਨਾਲ ਪਰਨਾਏ ਸੀ, ਅੱਖੀ ਤੱਕ ਸ਼ਹੀਦੀਆਂ ਨੂੰ ਜੈਕਾਰੇ ਤੁਸਾਂ ਗਜਾਏ ਸੀ, ਅੱਖੀ ਤੱਕ ਸ਼ਹੀਦੀਆਂ ਨੂੰ ਜੈਕਾਰੇ ਤੁਸਾਂ ਗਜਾਏ ਸੀ। ਇਹ ਦੁਖੜਾ ਕਿੱਦਾਂ ਜਰਿਆ ਏ, ਇਹ ਪੀੜਾ ਕਿੰਜ ਸਹਾਰੀ ਏ, ਇਹ ਦੁਖੜਾ ਕਿੱਦਾਂ ਜਰਿਆ ਏ, ਇਹ ਪੀੜਾ ਕਿੰਜ ਸਹਾਰੀ ਏ, ਕੌਮ ਤੇ ਬਾਜਾਂ ਵਾਲਿਆ ਤੇਰਾ ਕਰਜ ਬੜਾ ਹੀ ਭਾਰੀ ਏ, ਕੌਮ ਤੇ ਬਾਜਾਂ ਵਾਲਿਆ ਤੇਰਾ ਕਰਜ ਬੜਾ ਹੀ ਭਾਰੀ ਏ। ਵਿੱਚ ਸਰਹੰਦ ਦੇ ਸੂਬੇ ਨੇ ਕਿੰਨਾ ਕਹਿਰ ਕਮਾਇਆ ਸੀ, ਤੇਰੇ ਜਿਗਰ ਦੇ ਟੋਟਿਆਂ ਨੂੰ ਨੀਹਾਂ ਵਿੱਚ ਚਿਣਵਾਇਆ ਸੀ। ਮਾਂ ਗੁਜਰੀ ਨੇ ਦੋਹਾਂ ਨੂੰ ਸਿਦਕ ਦਾ ਪਾਠ ਪੜਾਇਆ ਸੀ, ਉਹਨਾਂ ਸੀਸ ਤਲੀ ਤੇ ਧਰ ਲਿਆ ਸੀ ਪਰ ਸੀਸ ਨਾ ਉਹਨਾਂ ਝੁਕਾਇਆ ਸੀ। ਕਿੰਜ ਜੋੜਾ ਜੋੜਾ ਕਰ ਤੁਸਾਂ, ਲਾਲਾਂ ਦੀ ਜੋੜੀ ਵਾਰੀ ਏ, ਕੌਮ ਤੇ ਬਾਜਾਂ ਵਾਲਿਆ ਤੇਰਾ ਕਰਜ ਬੜਾ ਹੀ ਭਾਰੀ ਏ, ਕੌਮ ਤੇ ਬਾਜਾਂ ਵਾਲਿਆ ਤੇਰਾ ਕਰਜ ਬੜਾ ਹੀ ਭਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।